वाहेगुरु जी का खालसा, श्री वाहेगुरु जी की फतेह। हाँ जी, मैं हरकीत कौर, साढ़े चैनल पर थोड़ा स्वागत है जी। जिहड़ा टाइम हैगा मॉर्निंग दा, दिन हैगा जी अज एतवार, ते आपां ने काम कर ले, 9:05 उत्ती हो गए, काम आपां ने कर ले ने सारे नहा ले धो ले। बुढ़ी रहेगी साड़ी बीबी, कहनी बुढ़ी रहेगी, बीबी रहेगी नहाने वाली। तो सारे इस तरह कपड़े धो ले, बैड दियां चादरां बर दी, कल मैनू वर्दी कॉल हो गई धोन दी, तो अज सवेरे वर्दी धोती। ਪੜੇ ਵਰਦੀ ਸੁੱਕੀ ਪਈ ਆ, ਪ੍ਰੈਸ ਕਰ ਲੈ ਫਿਰ ਗਰਮੀ ਵਾਲੀ ਵਰਦੀ, ਫਿਰ ਵਰਦੀ ਪ੍ਰੈਸ ਕਰ। ਰਸੋਈ ਚ ਹੀ ਲੱਗ ਲਿਆ ਸੰਤ ਬਿੱਲ ਆ ਗਿਆ, ਸਾਨੂੰ ਮਾਫ਼ੀ ਮੁਫ਼ੀ ਕੋਈ ਨਹੀਂ ਆਈ ਹੈਗੀ, ਸਾਡੇ ਤਾਂ ਮੱਚੀ ਸੀ 1250 ਯੂਨਿਟ ਮੱਚ ਗਈ, ਸੰਤ ਆ ਗਿਆ ਬਿੱਲ 5,052, ਬਿੱਲ ਨਹੀਂ ਆਏ ਸਾਡੇ ਗਵਾਂਢ 'ਚ ਵੀ, ਕਈ ਘਰਾਂ ਨੂੰ ਆਏ ਆਏ ਨਹੀਂ, ਜੀਰੋ ਬਿੱਲ ਆਇਆ। ਪੱਖਾ ਬੰਦ ਕਰ ਦੇ, ਚਲੋ ਜੀ ਆਪਾਂ ਪੋਚਾ ਲਾ ਲਈਏ, ਧੁੱਪ ਚੜ੍ਹੀ ਜਾਂਦੀ ਹੈ ਅਤੇ ਗੁਰਮਨ ਨੇ ਵੀ ਪੜ੍ਹਨਾ, ਚਟਕੇ ਨਾਲ ਪੇਪਰ ਹੈ, ਆਪਾਂ ਪੋਚਾ ਲਾ ਕੇ ਮਿਲਦੇ। ਥੋੜ੍ਹੀ ਜਿਹੀ ਬੀਜ ਨੂੰ ਰੱਖ ਲਈ, ਮੇਥੀ ਇਹੀ ਬੀਜੀ ਜਾਂਦੀ ਹੈ ਨਾ। ਲੋਈ ਸਰਦਾਰ ਜੀ ਸਮਾਨ ਲੈ ਕੇ ਆ ਗਏ, ਮੇਥੀ ਥੋੜੀ ਤਾਰਾ ਮੀਰਾ ਹੈ, ਮੇਥੀ ਤਾਰਾ ਮੀਰਾ ਹੈ, ਤਾਰਾ ਮੀਰਾ ਮੋਟਾ ਹੁੰਦਾ ਜੀ, ਕਹਿ ਨਹੀਂ ਲੱਗਦਾ, ਇਹਨਾਂ ਨੂੰ ਧੁੱਪ ਲਵਾ ਲੈਣ, ਧੁੱਪ ਲਵਾ ਮੁੰਡੇ ਤਾਂ ਹੀ ਲੱਗ ਜਾਣੀ ਵੀ ਫਿਰ ਨਾ, ਮਿਕਸੀ ਲਿਆ ਕੇ ਰਗੜਨੇ ਪੈਣੇ। ਸਮਾਨ ਸਭ ਦਾ ਪੱਤਾ ਮੰਗਾਇਆ, ਪਰਚੀ ਜਾ ਕਾਤੇ ਕਾਤੇ ਸੁਖਮਨ ਪ੍ਰੈਸ ਕਰ ਦੀ ਆ ਵੀ ਬਾਰ। ਕੁਲਵੀਰ ਸਿੰਘ, ਕੁਲਵੀਰ ਸਿੰਘ ਗੁਰਦਾਨ ਦਾ ਗੱਟਾ ਅੰਦਰ ਧਰ ਦੋ ਜੀ, ਛੇੜਤਾ ਦੀ ਨਾ ਬੋਲ, ਕੈਂਪਰ ਕੋਲ ਨਾ ਰੱਖ ਦੋ, ਬਿਸਕੁਟ ਪਾਣੀ ਪੈ ਜੂ ਕੈਂਪਰ ਕੋਲ ਧਰਿਓ, ਕੈਂਪਰ ਥੱਲੇ ਧਰ ਦੋ ਜੀ, ਉਹ ਤਾਂ ਤੁਹਾਡੀ ਮਰਜ਼ੀ ਹੈ, ਜੇ ਹੋਰ ਲਿਆ ਦਊਂਗੀ ਤੇ ਖੰਡ ਤੇ ਮੂੰਗੀ ਮਸਰੀ ਤੇ ਹਰੀ ਮੂੰਗੀ। ਇੱਕ ਚੀਜ਼ ਤੁਸੀਂ ਲਿਖੀ ਦਿਓ ਵੱਧ ਪਾਤੀ, ਚਿੱਟਾ ਜੀਰਾ, ਕੀ ਨਹੀਂ ਲਿਖਿਆ ਦੱਸੋ, ਕੌਫੀ, ਕੀ ਨਹੀਂ ਲਿਖਿਆ ਸੀ, ਕਿਹੜੀ ਪਕੌੜੇ, ਇੱਕ ਚੀਜ਼ ਆ ਮਿਸਰੀ, ਕੀ ਨਹੀਂ ਲਿਖਿਆ ਸੀ ਤੁਸੀਂ, ਲਿਖਿਆ ਇਹ ਜੋ ਮੈਨੂੰ ਪਤਾ ਹੈ ਕਿ ਛੋਲੇ, ਛੋਲੇ ਲਿਖੇ ਦੇ, ਛੋਲੇ ਪਏ ਸੀ, ਮੈਂ ਤਾਂ ਨਹੀਂ ਲਿਖਿਆ, ਆ ਦੇ ਆ ਦੇ ਤੇ ਕਿਲੋ, ਤੇ ਛੋਲੇ ਪਏ ਸੀ ਕਿਲੋ, ਸਾਰੇ ਪਏ ਸੀ ਛੋਲੇ, ਮੈਂ ਤਾਂ ਨਹੀਂ ਲਿਖੇ ਹੈਗੇ। ਤੇ ਆਪਾਂ ਜਿਹੜੀ ਆ ਚਿੱਟਾ ਚਿੱਟਾ ਜੀਰਾ, ਸੌਂਫ, ਮਿਸਰੀ ਤੇ ਇਹ ਤਾਰਾ ਮੀਰਾ ਤੇ ਵਿੱਚ ਮੇਥੀ, ਇਹਨੂੰ ਨਾ
ਅੱਜ ਨੂੰ ਪਾਵਾਂਗੇ ਜਿਹੜੀ ਸੂਈ ਹੋਈ ਹੈ ਦੁੱਧ ਵਧਣ ਵਾਸਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆਪਾਂ ਪ੍ਰਾਤ ਕੀ ਪਾਉਣੀ ਇਸ ਤਰ੍ਹਾਂ ਅਤੇ ਸੁੱਕ ਜੂ ਮਾੜੀ ਜਿਹੀ ਸਲਾਬ ਹੁੰਦੀ ਹੈ ਨਾ ਇਹ ਸੁੱਕ ਜੂਗੀ ਇਹਨੂੰ ਆਪਾਂ ਪਾਵਾਂਗੇ ਆਹ ਚਿੱਟਾ ਜੀਰਾ ਆਹ ਸੌਂਫ ਹੈ ਆਹ ਮਿਸਰੀ ਹੈ ਮਿਸਰੀ ਤਾਂ ਅਸੀਂ ਰਗੜੀ ਜਾਊ ਮਾੜੇ ਨਾਲ ਇਹਨੂੰ ਆਪਾਂ ਧੁੱਪੇ ਘਰ ਦੇਣੇ ਇਹ ਥਾਲ 'ਚ ਸੌਂਫ ਅਤੇ ਚਿੱਟਾ ਜੀਰਾ ਮੈਂ ਥਾਲ 'ਚ ਪਾ ਦੂੰਗੀ ਅਤੇ ਆਪਾਂ ਆਪਣਾ ਆਹ ਸੌਦਾ ਸਾਂਭ ਦੇਣੇ ਲੈ ਸੁੱਕ ਬਣਾ ਲਿਆ ਆਪਾਂ ਬਿਸਕੁਟ ਤਾਂ ਉੱਧਰ ਲੈ ਜਾ ਆਹ ਭੈਣ ਇਹ ਤਾਂ ਪੈਂਦਾ ਨਹੀਂ ਦੂਜੇ 'ਚ ਦੂਜੇ ਸੌਦੇ ਵਾਲੀ 'ਚ ਪਾਉਣ ਚਾਹ ਰਗੜ ਕੇ ਮੱਝ ਨੂੰ ਪਾਵਾਂਗੇ ਲੇਟੀ ਦੇ ਵਿੱਚ ਇਹਦੇ ਨਾਲ ਦੁੱਧ ਬੱਝ ਜਾਊਗੀ ਅਤੇ ਆਪਾਂ ਸਮਾਨ ਸਾਂਭ ਦਈਏ ਚੱਪਲਾਂ ਚੁੱਪਲਾਂ ਪਾ ਲਈ ਅਤੇ ਪੋਚਾ ਲੱਗਾ ਤੇ ਮੈਂ ਲਾ ਤਾਂ ਲਾਈਆਂ ਨੇ ਚੱਪਲਾਂ ਲਓ ਜੀ ਸੁਖਮਨ ਗੁਰਮਨ ਜੋਤ ਬਣਾਉਂਦੀ ਆ ਕੌਫੀ 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 ਇਹ ਮਿੱਠਾ ਪਾ ਲਿਆ ਤੇ ਗੁਰਮਨ ਜੋਤ ਹੁਣ ਧੋਂਦੀ ਆ ਕੱਪ ਤੇ ਦੁੱਧ ਨਾ ਨਿਕਲ ਜਾ ਪੁੱਤ ਮੈਂ ਉੱਧਰ ਜਾਂਦੀ ਹਾਂ ਬਣਾ ਲਾ ਕੌਫੀ ਕੌਫੀ ਬਣਾ ਕੇ ਬੋਲ ਮਾਰਦੀ ਚੰਗਾ ਅਸੀਂ ਇੱਧਰ ਕੰਮ ਕਰਦੇ ਹਾਂ ਆਏ ਹੱਥ ਵੱਜਿਆ ਥਾਮਲੇ ਨਾਲ ਥਾਮਲੇ ਨਾਲ ਬੰਨ ਲਿਆ ਹੱਥ ਆਹ ਮੈਂ 4 ਵਜੇ ਲਾ ਲਏ ਤੇ ਕੂਲਰ ਧੋਣੇ ਅੱਜ ਆਪਾਂ ਕੂਲਰ ਦੀ ਖਾਸਤਾ ਹਾਲ ਤੋਂ ਹੀ ਪਹਿਲੇ ਬੜਦੇ ਪੜ ਗਏ ਹੋਰ ਤਬਾਹ ਹੋ ਜੀ ਮੇਰੇ ਨਾਲ ਸੇਤੀ ਧੋਤਾ ਜਾਊਗਾ ਇਹੋ ਜਿਹਾ ਕੰਮ ਮੈਂ ਛੁੱਟੀ ਵਾਲੇ ਦਿਨ ਕਰ ਲੈਣੀ ਹੁਣ ਤਾਂ ਇਹਨਾਂ ਦੇ ਪੇਪਰ ਪੜ੍ਹਨਾ ਤੇ ਤੜਕੇ ਸਵੇਰ ਦੇ ਪੜ੍ਹੀ ਜਾਂਦੇ ਨੇ 5 ਵਜੇ ਨੇ ਕਿਸੀ ਨਹਾਤੀਆਂ ਨੇ ਕਹਿੰਦੇ ਮੰਮਾ ਸੁਨੇਹਾ ਉੱਠ ਕੇ ਕਿਸੀ ਨਹਾ ਲੈਣਾ ਫਿਰ ਅਸੀਂ ਪੜ੍ਹਾਂਗੇ ਆਪਦਾ ਫਿਰ ਸਾਧਨ ਲੱਗ ਗਿਆ ਹੁੰਦਾ ਹੋਰ ਚੱਲ ਵਧੀਆ ਹੁਣ ਸੁੱਕ ਗਏ ਬਾਹਰ ਆ ਲਓ ਹਾਸ ਮਾਰ ਕੇ ਲਾ ਲਈ ਕੱਪੜੇ ਨਾਲ ਹੈ ਕੱਪੜੇ ਨਾਲ ਗੁਹਾਸ ਮਾਰ ਕੇ ਲਾ ਹਾਂ ਹਾਂ ਮੋਟਰ 'ਚ ਪਾਣੀ ਲਾ ਆਹ ਚਾਹ ਮੈਂ ਤੁਸੀਂ ਕੋਈ ਪੁੱਛਰ ਨਹੀਂ ਠੀਕ ਹੈ ਲਓ ਜੀ ਮੈਂ ਧੋਣੇ ਕੂਲਰ ਹੁਣ ਆਪਦਾ ਚਾਹ ਪੀ ਲਾਂਗੇ ਵਿੱਚ ਦੀ ਕੌਫੀ ਕੌਫੀ ਚੱਲ ਚਾਹ ਲਾ ਲੈ ਕੌਫੀ ਲਾ ਲੈ ਹੋ ਹੋ ਪਹਿਲਾਂ ਤਾਂ ਗਿੱਲਾ ਕਰਨਾ ਪਊ ਗੋਹਾ ਨਾ ਪੂਛਾ ਮਾਰ ਮਾਰ ਗੋਹਾ ਲਾਇਆ ਪਿਆ ਜਿਸ ਪੈ ਪੈਪ ਲਾ ਕੇ ਗਿੱਲਾ ਕਰਾਂਗੇ ਫਿਰ ਸਾਫ ਕਰਾਂਗੇ ਫਿਰ ਸਰਫ ਜਾਂ ਸਾਬਣ ਪਾ ਕਰਕੇ ਸਰਫ ਪਾ ਕੇ ਕੂਲਰ ਨਾਲ ਸਾਫ ਕਰਾਂਗੇ ਘੰਟਾ ਡੇਢ ਘੰਟਾ ਲੱਗੂ ਕੂਲਰ ਸਾਫ ਕਰਨ ਮੈਂ ਅੱਜ ਆਪਾਂ ਉੱਪਰਲਾ ਕੂਲਰ ਸਾਫ ਕਰਾਂਗੇ ਨਹੀਂ ਉਹ ਕਰਾਂਗੇ ਬਿਜਲੀ ਦਾ ਖਰਚਾ ਕੂਲਰ ਪੱਖਾ ਨਾਲ ਸਰੀ ਜਾਂਦਾ ਵਾ ਲੋ ਜੀ ਆਪਾਂ ਨਾ ਗਿੱਲੇ ਕਰ ਲਏ ਹੁਣ ਆਪਾਂ ਨੂੰ ਧੋਵਾਂਗੇ ਚੰਗੀ ਤਰ੍ਹਾਂ ਉਹਦੇ ਚਾਹ ਵਾਂਗੀ ਲੋ ਜੀ ਮੈਂ ਧੋਣੀ ਆ ਕੂਲਰ ਅਤੇ ਚਾਹ ਅਸੀਂ ਪੀ ਲਈ ਹੈਗੀ
ਸਰਦਾਰ ਜੀ ਤੇ ਗੁਰਮਨ ਜੀ ਉਤਰਾ ਕਰਦੇ ਨੇ ਮੱਝ ਦਾ ਸਮਾਨ ਜਿਹੜਾ ਦੁੱਧ ਵਧਾਉਣ ਵਾਲਾ ਤੇ ਇਹਦੇ ਨਾਲ ਦੁੱਧ ਫੁੱਲ ਦੇਊਗੀ ਮੱਝ ਤੇ ਤਾਂ ਇੱਕ ਕਾਰਾ ਮੀਰਾ ਇੱਕ ਮੇਥੀ ਹੈ ਇੱਕ ਸੌਂਫ ਆ ਹਰੀ ਇੱਕ ਚਿੱਟਾ ਜੀਰਾ ਇੱਕ ਮਿਸਰੀ ਹੈ ਉਹ ਰਗੜਦੇ ਨੇ ਅਤੇ ਉਹ ਤੁਸੀਂ ਵੀਡੀਓ ਦੇਖੋ ਆਹ ਇੰਨਾ ਬਰੀਕ ਤੇ ਇਹਨੂੰ ਕੀ ਲੋੜ ਹੈ ਤੇਰੀ ਮੰਮੀ ਨੂੰ ਪੁੱਛ ਕੇ ਆ ਖੜੇ ਆ ਵੀ ਰਗੜਨਾ ਹੈ ਦੋ ਲੋਕ ਗੇੜੇ ਦਵਾ ਕੇ ਕੱਢ ਦੇ ਇਹ ਸਾਰਾ ਮਿਕਸਿੰਗ ਕਰਦਾ ਫਿਰ ਇੱਕ ਥਾਂ ਮੈਂ ਹੁਣ ਪੁੱਛ ਲੈਂਦੀ ਹਾਂ ਮੈਂ ਪੁੱਛ ਕੇ ਆ ਅੱਧਾ ਘੇਰਾ ਪਾਲ ਅੱਧਾ ਘੇਰਾ ਪਾਲ ਆਹ ਤਾਂ ਮਾੜੇ ਜਿਹੇ ਨਾਲ ਖਿੱਚਦੀ ਜਮੀ ਬਰੀਕ ਲੋ ਜੀ ਆਪਣਾ ਦੁਪਹਿਰ ਦਾ ਰਗੜਿਆ ਪਿਆ ਹਾ ਸਮਾਨ ਮੱਝ ਦਾ ਤੇ ਮੇਥੀ ਤੇ ਆਪਣਾ ਤਾਰਾ ਮੀਰਾ ਹਰੀ ਸੌਂਫ ਤੇ ਚਿੱਟਾ ਜੀਰਾ ਇਹ ਦੁੱਧ ਵਧਣ ਲਈ ਹੈ ਸੱਜਰ ਮੱਝਾਂ ਦੀ ਜਦੋਂ ਆਪਣੀ ਮੱਝ ਨੂੰ ਸੂਈ ਨੂੰ 15 ਦਿਨ ਹੋ ਜਾਣ ਉਦੋਂ ਬਾਅਦ ਪਾਉਣੀ ਹੈ ਆਹ ਹੈਗੀ ਹੈ ਜੀ ਮਿਸਰੀ ਆਪਾਂ ਵਿੱਚ ਹੀ ਰਲਾ ਲੈਂਦੇ ਹਾਂ ਰੱਖਣੀ ਆ ਰੱਖ ਆ ਇੰਨੀ ਕੁ ਰੱਖ ਲੈਣੇ ਵੀ ਕਿਲੋ ਮਿਸਰੀ ਸੀ ਅਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਰਲਾ ਲਵਾਂਗੇ ਅਸੀਂ ਹੱਥ ਨਾਲ ਸਾਰੇ ਸਮਾਨ ਨੂੰ ਰਲਾ ਕੇ ਨਾ ਇੱਧਰ ਲੇਟੀ ਪਈ ਆ ਬੱਠਲ ਦੇ ਵਿੱਚ ਬਾਹਰਲੇ ਪਾਸੇ ਅਤੇ ਇੱਕ ਕੌਲੀ ਪਾਵਾਂਗੇ ਇਹ ਇੱਕ ਕੌਲੀ ਦੇ ਵਿੱਚ ਲੇਟੀ ਦੇ ਵਿੱਚ ਪਾ ਤੀ ਅਤੇ ਇਹਨੂੰ ਨਾ ਜਦੋਂ ਆਪਣਾ ਧਾਰ ਚੋਲੀ ਮੱਝਾਂ ਨੇ ਕੱਖ ਖਾ ਲਏ ਪਰਾਂ ਬੰਨ ਤੇ ਧਾਰ ਚੋਲੀ ਫਿਰ ਖਵਾ ਕੇ ਖੁੱਲ੍ਹਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਭਿਉਵਾਂਗੇ ਪੂਰਾ ਖੁੱਲ੍ਹਾ ਪਾਣੀ ਪਾ ਦਿੱਤਾ ਇਹਦੇ ਵਿੱਚ ਇਹ ਫੁੱਲ ਜੂਗੀ ਸੌਂਫ ਹੈ ਜਿਹੜਾ ਵਿੱਚ ਸਾਰਾ ਸਮਾਨ ਪਾਇਆ ਹੋਇਆ ਇਹ ਫੁੱਲ ਜੂ ਇਹ 2 ਘੰਟੇ ਨੂੰ ਚਾਰਾਂਗੇ ਇਹਨੂੰ ਅਤੇ ਇਹਦੇ ਨਾਲ ਦੁੱਧ ਵਾਜੂ ਅਤੇ ਆਹ ਕੌਲੀ ਅਤੇ ਡੱਬਾ ਇਹਦੇ ਵਿੱਚ ਆਪਾਂ ਇੰਡਾ ਦੇਵਾਂਗੇ ਅਤੇ ਆਹ ਭਾਂਡੇ ਧੋ ਦੇਵਾਂਗੇ ਪਲੇਟਾਂ ਪਲੂਟਾਂ ਨਹੀਂ ਹਾਂ ਮਿਸਰੀ ਇੰਨੀ ਕੁ ਰੱਖ ਦੀ ਕੋਈ ਪਸ਼ੂ ਮਿੱਠਾ ਖਾਂਦਾ ਵੀ ਨਹੀਂ ਇਹਦੇ ਪਹਿਲਾਂ ਗੁੜ ਇਹਨੂੰ ਮੈਂ 2-3-4-5 ਕਿਲੋ ਗੁੜ ਖਵਾ ਦਿੱਤਾ ਮੱਝ ਨੇ ਹੁਣ ਕੱਲ੍ਹ ਗੁੜ ਵਾਲੀ ਲੇਟੀ ਖਾਧੀ ਨਹੀਂ ਹੈਗੀ ਜੀ ਜਿਹਾ ਲੈ ਗਿਆ ਮੂੰਹ ਪੱਕਿਆ ਪਿਆ ਹੈ ਨਾ ਅਤੇ ਮੈਂ ਭਾਂਡੇ ਧੋ ਲਿਆ ਮੈਂ ਇੱਧਰ ਮੈਂ ਦਾਲ ਧਰੀ ਆ ਚੁੱਲ੍ਹੇ 'ਤੇ ਧਰ ਲਈ ਅੱਜ ਮਾਂ ਆਹ ਮੂੰਗੀ ਛੋਲੇ ਦਲੇ ਹੋਏ ਅੱਜ ਦਾਲ ਬਣਾਈ ਹੈਗੀ ਅਤੇ ਖੰਡ ਵਾਲੀ ਢੋਲੀ ਲਾਉਣ ਇੱਧਰ ਸਾਈਡ 'ਤੇ ਰਾਤ ਨੂੰ ਬੱਦਲ ਬੁੱਦਲ ਨਾ ਆ ਜੇ
धुप्पे लवाई से कीड़िया चढ़ जाने रोज ते दाल हजे रिझा पैन नहीं लग्या सारा कुछ पा दिता दाल दे विच लो जी इन्होंने पासे बादल दिते ने सुक गया कूलर उधर देख रही हूँ सुक गया कना और क्या जरिया आ गया खेत सरदार जी और उतरांगे अज का सारा दिन अह जे कम हो गए रहे तो खूह ताले बहुत कम हो पे सी सारे काम हो गए ते हजे मेरा मज्जा ना गोहा गोहा पिया गा आप सिड़दे आप करदे ने वीडियो दा एंड मिलांगे कल नूं किसी नवी वीडियो नाल अज दी वीडियो च इन्ना ही वाहिगुरु जी का खालसा श्री वाहिगुरु जी की फतेह।